great welcome on the Skhija Tuition channel, all of the candidates who prepare the PS TET and the Master Cadre. ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਕੈਂਡੀਡੇਟ ਦਾ ਜਿਹੜੇ ਮਾਸਟਰ ਕਾਡਰ ਅਤੇ ਪੀ ਐੱਸ ਟੈਟ ਮਤਲਬ ਈ ਟੀ ਟੀ ਦਾ ਸੈਕਿੰਡ ਇਗਜ਼ਾਮ ਤਿਆਰ ਕਰ ਰਹੇ ਹੈ ਤਾਂ ਸ਼ੁਰੂ ਕਰਦੇ ਹਾਂ ਜੀ ਲੈਟਸ ਸਟਾਰਟ ਦਾ ਵੀਡੀਓ ਆਫ ਵਕੈਬ ਤਾਂ ਸ਼ੁਰੂ ਕਰਾਂਗੇ ਜੀ ਹੁਣ ਆਪਾਂ ਵਕੈਬ ਦੀ ਵੀਡੀਓ ਉਸ ਤੋਂ ਪਹਿਲਾਂ ਇੱਕ ਹੋਰ ਚੀਜ਼ ਤੁਹਾਨੂੰ ਮੈਂ ਦੱਸਦਾ ਵਨ ਮੋਰ ਥਿੰਗਸ ਲਿਸਨ ਟੂ ਮੀ ਕੇਅਰਫੁਲੀ ਦੈਟ ਹੂ ਇਜ਼ ਦਾ ਸਟੂਡੈਂਟ ਨੋਟ ਜੁਆਇਨ ਦਾ ਟੈਲੀਗ੍ਰਾਮ ਗਰੁੱਪ ਪਲੀਜ਼ ਜੁਆਇਨ ਦਾ ਟੈਲੀਗ੍ਰਾਮ ਗਰੁੱਪ ਬਿਕੋਜ਼ ਵਿੱਚ ਗਰੁੱਪ ਆਰ ਹੈਲਪਫੁੱਲ ਆਲ ਦਾ ਸਟੂਡੈਂਟਸ ਹੂ ਆਰ ਪ੍ਰਪੇਅਰ ਦਾ ਮਾਸਟਰ ਕਾਡਰ ਔਰ ਦਾ ਈ ਟੀ ਟੀ ਸੈਕਿੰਡ ਇਗਜ਼ਾਮ ਕਿਉਂਕਿ ਉਹਦੇ ਵਿੱਚ ਕੁਸ਼ਚਨਸ ਆਉਂਦੇ ਰਹਿੰਦੇ ਆ ਹੋਰ ਵੀ ਇਨਫੋਰਮੇਸ਼ਨ ਆਉਂਦੀ ਰਹਿੰਦੀ ਹੈ ਤਾਂ ਜ਼ਰੂਰ ਜੀ ਜਿਨ੍ਹਾਂ ਨੇ ਨਹੀਂ ਜੁਆਇਨ ਕੀਤਾ ਆਈ ਰਿਕੁਐਸਟ ਟੂ ਆਲ ਅਗੇਨ ਦੈਟ ਜੁਆਇਨ ਦਾ ਟੈਲੀਗ੍ਰਾਮ ਗਰੁੱਪ ਪਲੀਜ਼ 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 ਦੈਨ ਸ਼ੁਰੂ ਕਰਦੇ ਹਾਂ ਜੀ ਲੈਟਸ ਸਟਾਰਟ ਦਾ ਵੀਡੀਓ ਆਫ ਅ ਵੋਕੈਬ ਫਸਟ ਵਰਡ ਹੈ ਜੀ ਦੇਖੋ ਫਸਟ ਵਰਡ ਇਜ਼ ਦਾ ਪੈਸਟੀਲੈਂਸ 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 ਇਜ਼ ਦਾ ਵਰਡ ਦੈਟਸ ਦਾ ਮੀਨਿੰਗ ਆਫ ਪਲੇਗ ਮਹਾਂਮਾਰੀ ਇਸਕਾ ਮਤਲਬ ਹੈ ਇਹਦਾ ਮਤਲਬ ਹੈ ਪਲੇਗ ਮਹਾਂਮਾਰੀ ਦੇਖੋ ਐਪੀਡੈਮਿਕ ਵੀ ਬੋਲਿਆ ਜਾਂਦਾ ਇਹਨੂੰ ਪਲੇਗ ਵੀ ਬੋਲਿਆ ਜਾਂਦਾ ਇਹਨੂੰ ਪੈਸਟੀਲੈਂਸ ਵੀ ਬੋਲਿਆ ਜਾਂਦਾ ਇੱਕ ਹੋਰ ਵਰਡ ਹੁੰਦਾ ਹੈ ਐਪੀਡੈਮਿਕ ਪੈਂਡੈਮਿਕ ਯੈਸ ਪੈਂਡੈਮਿਕ ਵੀ ਇਹਨੂੰ ਬੋਲਿਆ ਜਾਂਦਾ ਤਾਂ ਲਿਖ ਲਓ ਜੀ ਪੈਸਟੀਲੈਂਸ ਦਾ ਮਤਲਬ ਹੈ ਮਹਾਂਮਾਰੀ ਪਲੇਗ ਐਪੀਡੈਮਿਕ ਪੈਂਡੈਮਿਕ ਇਹਨੂੰ ਬੋਲਿਆ ਜਾਂਦਾ ਅੱਜ ਇੱਕ ਸਟੂਡੈਂਟ ਦਾ ਇੱਕ ਕੈਂਡੀਡੇਟ ਦਾ ਮੈਨੂੰ ਕਮੈਂਟ ਆਇਆ ਕਿ ਮੈਨੂੰ ਕਹਿਣ ਲੱਗਿਆ ਕਿ ਸਰ ਵਕੈਬ ਸਾਨੂੰ ਯਾਦ ਨਹੀਂ ਹੁੰਦੀ ਅਸੀਂ ਕੀ ਕਰੀਏ ਤਾਂ ਉਹਨੂੰ ਮੈਂ ਦੱਸਿਆ ਕਮੈਂਟ ਕਰਕੇ ਮਤਲਬ ਰਿਪਲਾਈ ਦੇ ਵਿੱਚ ਕਿਹਾ ਕਿ ਤੁਸੀਂ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਵਕੈਬ ਨੂੰ ਯਾਦ ਕਰੋ ਬਸ ਮੈਂ ਇਹ ਕਹਿੰਦਾ ਕਿ 2 ਤੋਂ 3 ਵਾਰੀ ਦਿਨ ਦੇ ਵਿੱਚ ਰੀਡ ਕਰ ਲਓ ਅਤੇ ਜਿਹੜੀ ਬੈਕ 'ਤੇ ਵਕੈਬ ਤੁਸੀਂ ਲਿਖੀ ਹੁੰਦੀ ਹੈ ਕਿਸੇ ਨੋਟਸ ਦੇ ਵਿੱਚ ਉਹਨੂੰ ਵੀ ਤੁਸੀਂ ਰੀਡ ਕਰਦੇ ਜਾਓ ਜਿਵੇਂ ਜਿਵੇਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਵਾਰੀ ਵਾਰੀ ਕੋਈ ਵਰਡ ਆਊਗਾ ਤੁਹਾਨੂੰ ਯਾਦ ਹੋ ਜੂਗਾ ਰੱਟਾ ਲਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਜੇ ਤੁਸੀਂ ਇਹਨੂੰ ਰੱਟਾ ਲਾਓਗੇ ਤਾਂ ਇਹਨੇ ਭੁੱਲ ਹੀ ਜਾਣਾ ਇਹਨੂੰ ਡੇਲੀ ਵਾਂਗੂ ਮਤਲਬ ਇਹ ਡੇਲੀ ਵਾਈਜ਼ ਇਹਨੂੰ ਜਿਹੜੀ ਡੇਲੀ ਹੁੰਦੀ ਆ ਉਹਨੂੰ ਜ਼ਰੂਰ ਡੇਲੀ ਪੜ੍ਹਦੇ ਜਾਓ ਜਿਹੜੀ ਪਿਛਲੀ ਹੁੰਦੀ ਆ ਉਹਨੂੰ ਡੇ ਬਾਏ ਡੇ ਤੁਸੀਂ ਮਤਲਬ ਇੱਕ ਇੱਕ ਵਾਰੀ ਬਸ ਉਹਨੂੰ ਰੀਡ ਕਰਦੇ ਜਾਓ ਇਹਨੇ ਨਾਲ ਤੁਹਾਨੂੰ ਯਾਦ ਹੋ ਜਾਣੀ ਹੈ ਤਾਂ ਨੈਕਸਟ ਵਰਡ ਇਜ਼ ਓਬਫਿਸਕੇਟ ਓਬਫਿਸਕੇਟ ਇਜ਼ ਦਾ ਵਰਡ ਦੈਟ ਇਜ਼ ਦਾ ਮੀਨਿੰਗ ਆਫ ਮਫਲ ਕੌਨਸੀਲ ਕੌਨਸੀਲ ਇਜ਼ ਦਾ ਮੀਨਿੰਗ ਦੈਟ ਟੂ ਕੰਸੀਲ ਸਮਥਿੰਗ ਮਤਲਬ ਲਕੋ ਲੈਣਾ ਛਪਾ ਲੈਣਾ ਕਿਸੇ ਨਾ ਕਿਸੇ ਚੀਜ਼ ਨੂੰ ਦੈਟ ਇਜ਼ ਕੰਸੀਲ ਐਂਡ ਇਟਸ ਐਂਟੋਨੀਅਮ ਆਰ ਰਿਵੀਲ ਰਿਵੀਲ ਦਾ ਮਤਲਬ ਹੁੰਦਾ ਕਿਸੇ ਨਾ ਕਿਸੇ ਚੀਜ਼ ਨੂੰ ਉਜਾਗਰ ਕਰ ਦੇਣਾ ਮਤਲਬ ਪ੍ਰਕਾਸ਼ਿਤ ਕਰ ਦੇਣਾ ਨੈਕਸਟ ਵਰਡ ਇਜ਼ ਡੈਲੀਬਰੇਟਲੀ ਡੈਲੀਬਰੇਟਲੀ ਇਜ਼ ਦਾ ਸਿੰਪਲ ਵਰਡ ਐਂਡ ਇਟਸ ਵੈਰੀ ਇੰਪੋਰਟੈਂਟ ਵਰਡ ਦੈਟ ਇਜ਼ ਪਰਪੋਜ਼ਲੀ ਮਤਲਬ ਜਾਣ ਬੁੱਝ ਕੇ ਕੋਈ ਕੰਮ ਕੀਤਾ ਹੋਵੇ ਉਹਨੂੰ ਕਹਿੰਦੇ ਡੈਲੀਬਰੇਟਲੀ ਦੇਖੋ ਡੈਲੀਬਰੇਟ ਦੇ ਮੈਨੂੰ ਲੱਗਦਾ 2 ਮੀਨਿੰਗ ਹੁੰਦੇ ਇੱਕ ਤਾਂ ਜਾਣ ਬੁੱਝ ਕੇ ਹੁੰਦਾ ਦੂਜਾ ਇਹਦਾ ਮਤਲਬ ਹੁੰਦਾ ਡਿਸਕਸ਼ਨ ਯੈਸ ਇਹਦਾ ਸੈਕਿੰਡ ਮੀਨਿੰਗ ਇਜ਼ ਦਾ ਡਿਸਕਸ਼ਨ ਡੈਲੀਬਰੇਟ ਦਾ ਸੈਕਿੰਡ ਮੀਨਿੰਗ ਹੁੰਦਾ ਡਿਸਕਸ਼ਨ ਐਂਡ ਨੈਕਸਟ ਵਰਡ ਆਰ ਇੰਪੋਰਟੈਂਟ ਐਕਸੈਨੋਫੋਬੀਆ ਸੈਨੋਫੋਬੀਆ ਇਜ਼ ਦਾ ਵਰਡ ਦੈਟ ਦਾ ਮੀਨਿੰਗ ਆਫ ਡਿਸਲਾਈਕ ਆਫ ਔਰ ਦਾ ਪ੍ਰੈਜੁਡਾਈਜ਼ ਅਗੇਂਸਟ ਪੀਪਲ ਫਰੋਮ ਅਦਰ ਕੰਟਰੀਜ਼ ਜਿਹੜੇ ਹੋਰ ਕੰਟਰੀਜ਼ ਤੋਂ ਲੋਕ ਹੁੰਦੇ ਆ ਜਦੋਂ ਆਪਾਂ ਉਹਨਾਂ ਨੂੰ ਮਤਲਬ ਉਹਨਾਂ ਨੂੰ ਬਾਇਜ਼ ਕਰਦੇ ਹਾਂ ਪ੍ਰੈਜੁਡਾਈਜ਼ ਕਰਦੇ ਹਾਂ ਮਤਲਬ ਉਹਨਾਂ ਨੂੰ ਡਿਸਲਾਈਕ ਕਰਦੇ ਹਾਂ ਉਹਨੂੰ ਕੀ ਕਿਹਾ ਜਾਂਦਾ ਜ਼ੈਨੋਫੋਬੀਆ ਤਾਂ ਯਾਦ ਰੱਖਿਓ ਜੀ ਇੰਪੋਰਟੈਂਟ ਹੈ ਨੈਕਸਟ ਇਜ਼ ਪੈਰੀਲੀਅਸ ਪੈਰੀਲੀਅਸ ਦਾ ਮਤਲਬ ਹੁੰਦਾ ਇਟਸ ਅ ਡੇਂਜਰਸ ਹਜ਼ਾਰਡੀਅਸ ਹਾਰਮਫੁੱਲ ਤਾਂ ਇਹਦਾ ਮਤਲਬ ਹੁੰਦਾ ਖਤਰਨਾਕ ਦੇਖੋ ਡੇਂਜਰਸ ਵੀ ਹੋ ਸਕਦਾ ਹਜ਼ਾਰਡੀਅਸ ਵੀ ਹੋ ਸਕਦਾ ਹਾਰਮਫੁੱਲ ਵੀ ਹੋ ਸਕਦਾ ਹਾਰਮਫੁੱਲ ਐਂਡ ਨੈਕਸਟ ਇਜ਼ ਇੰਪੋਰਟੈਂਟ ਵਰਡ ਦੈਟ ਇਜ਼ ਆ ਸਮਲਡਰਿੰਗ ਸਮਲਡਰਿੰਗ ਦਾ ਮਤਲਬ ਹੁੰਦਾ ਇਨ ਪੰਜਾਬੀ ਦੇ ਵਿੱਚ ਜੇ ਆਪਾਂ ਬੋਲੀਏ ਤਾਂ ਮੈਨੂੰ ਲੱਗਦਾ ਇੱਕ ਵਰਡ ਬੋਲਦੇ ਹੁੰਦੇ ਆ ਪੰਜਾਬੀ ਦੇ ਵਿੱਚ ਕਿ ਕੋਈ ਨਾ ਕੋਈ ਮਤਲਬ ਤੁਸੀਂ ਦੇਖਿਆ ਹੀ ਹੋਣਾ ਪਿੰਡਾਂ ਦੇ ਵਿੱਚ ਤਾਂ ਖਾਸ ਕਰਕੇ ਜਦੋਂ ਚੁੱਲ੍ਹਾ ਮਤਲਬ ਬਲਦਾ ਅੱਗ ਬਲਦੀ ਹੈ ਚੁੱਲ੍ਹੇ ਦੇ ਵਿੱਚ ਤਾਂ ਧੁੱਖ ਹੀ ਜਾਂਦਾ ਹੁੰਦਾ ਮਤਲਬ ਉਹਦੇ ਵਿੱਚੋਂ ਮਤਲਬ ਧੂੰਆਂ ਨਿਕਲਦਾ ਹੁੰਦਾ ਸਮੋਕ ਮਤਲਬ ਤੁਸੀਂ ਦੇਖਿਆ ਹੀ ਹੋਣਾ ਚੁੱਲ੍ਹੇ ਦੇ ਵਿੱਚੋਂ ਧੂੰਆਂ ਇਹਦਾ ਨਿਕਲਣਾ ਬਟ ਅੱਗ ਦਾ ਨਾ ਬਲਣਾ ਉਹਨੂੰ ਵੀ ਕਹਿੰਦੇ ਆ ਸਮਲਡਰਿੰਗ ਮਤਲਬ ਜਿਹੜੇ ਮਤਲਬ ਆਪਣੇ ਕੈਂਡੀਡੇਟ ਗਾਓਂ ਦੇ ਵਿੱਚ ਹੈ ਪਿੰਡਾਂ 'ਚ ਹੈ ਉਹਨਾਂ ਨੂੰ ਤਾਂ ਖਾਸ ਹੀ ਪਤਾ ਹੋਣਾ ਕਿ ਚੁੱਲ੍ਹੇ ਦੇ ਵਿੱਚੋਂ ਮਤਲਬ ਧੂੰਆਂ ਨਿਕਲਦਾ ਰਹਿੰਦਾ ਪਰ ਉਹਦੇ 'ਚ ਅੱਗ ਨਹੀਂ ਬਲਦੀ ਹੁੰਦੀ ਤਾਂ ਉਸ ਚੀਜ਼ ਨੂੰ ਕੀ ਕਹਿੰਦੇ ਆ ਸਮਲਡਰਿੰਗ ਮਤਲਬ ਦਾ ਪ੍ਰੋਸੈਸ ਆਫ ਬਰਨਿੰਗ ਸਲੋਲੀ ਵਿਦ ਸਮੋਕ ਬਟ ਨੋ ਫਲੇਮ ਮਤਲਬ ਉਹਦੇ ਵਿੱਚੋਂ ਅੱਗ ਦਾ ਨਾ ਬਲਣਾ ਬਸ ਕੀ ਹੋਈ ਜਾਣਾ ਵਾਰੀ ਵਾਰੀ ਧੂੰਆਂ ਨਿਕਲਦੇ ਰਹਿਣਾ ਐਂਡ ਨੈਕਸਟ ਇਜ਼ ਐਂਬਰ ਐਂਬਰ ਇਜ਼ ਇੰਪੋਰਟੈਂਟ ਐਂਡ ਕੋਮਨ ਵਰਡ ਦੈਟ ਇਜ਼ ਚਿੰਗਾਰੀ ਮਤਲਬ ਆ ਮਤਲਬ ਕੋਈ ਮਤਲਬ ਥੋੜ੍ਹੀ ਜਿਹੀ ਚੀਜ਼ ਦਾ ਬਲਣਾ ਮਤਲਬ ਚਿੰਗਾਰੀ ਤੁਹਾਨੂੰ ਖਾਸ ਹੀ ਪਤਾ ਹੋਣਾ ਸਾਰਿਆਂ ਨੂੰ ਨੈਕਸਟ ਹੈ ਫਿਸ਼ਰ ਫਿਸ਼ਰ ਦਾ ਮਤਲਬ ਹੁੰਦਾ ਦਰਾਰ ਮਤਲਬ ਦਰਾਰ ਦਾ ਮਤਲਬ ਹੁੰਦਾ ਕਰੈਕ ਮਤਲਬ ਵਿਚਾਲੇ ਕਿਸੇ ਚੀਜ਼ ਦਾ ਮਤਲਬ ਇੱਧਰ ਮਤਲਬ ਵਿਚਾਲੇ ਕੋਈ ਨਾ ਕੋਈ ਮਤਲਬ ਕਹਿ ਲਓ ਦਰਾਰ ਆ ਜਾਂਦੀ ਹੈ ਕੰਧ ਦੇ ਵਿੱਚੋਂ ਉਹ ਹੁੰਦਾ ਫਿਸ਼ਰਸ ਨੈਕਸਟ ਹੈ ਜੀ ਸਲਿਪ ਅਪ ਸਲਿਪ ਅਪ ਦਾ ਮਤਲਬ ਹੁੰਦਾ ਗਲਤੀ
ਇਨਐਕੂਰੇਸੀ ਦੈਟ ਇਜ਼ ਗਲਤੀ ਨੈਕਸਟ ਇਜ਼ ਓਨਰੀਅਸ ਓਨਰੀਅਸ ਦਾ ਮਤਲਬ ਹੁੰਦਾ ਪੇਨਫੁਲ ਤਾਂ ਇਹ ਐਡਜੈਕਟਿਵ ਇਜ਼ ਕਸ਼ਟਦਾਇਕ ਓਨਰੀਅਸ ਨੈਕਸਟ ਇਜ਼ ਓਸਟੈਂਸਿਬਲੀ ਓਸਟੈਂਸਿਬਲੀ ਦਾ ਮਤਲਬ ਹੁੰਦਾ ਅਪੀਅਰੈਂਟਲੀ ਮਤਲਬ ਔਨ ਦਾ ਫੇਸ ਆਫ ਇਟ ਮਤਲਬ ਜਿਹਨੂੰ ਆਪਾਂ ਦੇਖ ਸਕੀਏ ਦੈਟ ਇਜ਼ ਓਸਟੈਂਸਿਬਲੀ ਜਿਹਨੇ ਮਗਰ ਐਲ ਵਾਈ ਲੱਗ ਜਾਂਦਾ ਉਹ ਐਡਵਰਬ ਬਣ ਜਾਂਦਾ ਨੈਕਸਟ ਇਜ਼ ਇੰਪੋਰਟੈਂਟ ਐਂਡ ਕੋਮਨਵੈਲਥ ਮਿਟੀਗੇਟ ਮਿਟੀਗੇਟ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਰਿਡਿਊਸ ਕਰਨਾ ਕਿਸੇ ਚੀਜ਼ ਨੂੰ ਘੱਟ ਕਰਨਾ ਟੂ ਰਿਡਿਊਸ ਸਮਥਿੰਗ ਦੈਟ ਇਜ਼ ਮਿਟੀਗੇਟ ਨੈਕਸਟ ਹੈ ਜੀ ਡਿਕਰੇ ਡਿਕਰੇ ਦਾ ਮਤਲਬ ਹੁੰਦਾ ਮਤਲਬ ਇੱਕ ਹਿਸਾਬ ਨਾਲ ਇਹ ਔਰਡਰ ਹੁੰਦਾ ਐਨ ਓਫੀਸ਼ੀਅਲ ਔਰਡਰ ਔਰਡਰ ਦਿੱਤਾ ਹੁੰਦਾ ਦੈਟ ਹੈਜ਼ ਦਾ ਫੋਰਸ ਆਫ ਲੋ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਨਾਊਨ ਹੈ ਜੋ ਕਿ ਇਹਦਾ ਮਤਲਬ ਕਿ ਦੈਟ ਇਜ਼ ਦਾ ਮੀਨਿੰਗ ਆਫ ਔਰਡਰ ਔਰਡਰ ਦੇਣਾ ਨੈਕਸਟ ਇਜ਼ ਮੋਰਬਿਟੀਜ਼ ਮੋਰਬਿਟੀਜ਼ ਦਾ ਮਤਲਬ ਹੁੰਦਾ ਮਤਲਬ ਇੱਥੇ ਲਿਖਿਆ ਹੋਇਆ ਰੋਗੋਂ ਕੀ ਸੰਖਿਆ ਮਤਲਬ ਜਿਹੜੇ ਡਿਸੀਜ਼ ਹੁੰਦੀਆਂ ਜਿਹੜੀਆਂ ਬਿਮਾਰੀਆਂ ਹੁੰਦੀਆਂ ਉਹਨਾਂ ਦੀ ਸੰਖਿਆ ਮਤਲਬ ਕਿੰਨੀ ਹੈ ਉਸ ਚੀਜ਼ ਨੂੰ ਕੀ ਕਹਿੰਦੇ ਆ ਮੋਰਬਿਟੀਜ਼ ਨੈਕਸਟ ਮਾਲ ਨਿਊਰਿਸ਼ਮੈਂਟ ਇਹ ਵੱਲ ਤਾਂ ਦੱਸਣ ਦੀ ਲੋੜ ਹੀ ਨਹੀਂ ਹੋਣੀ ਸਾਰਿਆਂ ਨੂੰ ਪਤਾ ਹੀ ਹੋਣਾ ਕੁਪੋਸ਼ਿਤ ਜਿਹਨੂੰ ਕਹਿੰਦੇ ਜਦੋਂ ਆਪਾਂ ਨੂੰ ਪ੍ਰੋਬਲਮ ਹੋ ਜਾਂਦੀ ਨਿਊਟ੍ਰੀਸ਼ਨ ਦੀ ਕਈ ਵਾਰੀ ਮਤਲਬ ਜਿਹਨਾਂ ਨੂੰ ਨਿਊਟ੍ਰੀਸ਼ਨ ਦੀ ਪ੍ਰੋਬਲਮ ਹੁੰਦੀ ਹੈ ਜਿਹਨਾਂ ਨੂੰ ਖਾਣ ਨੂੰ ਪੂਰਾ ਨਹੀਂ ਮਿਲਦਾ ਉਹਨਾਂ ਨੂੰ ਕੀ ਕਹਿੰਦੇ ਇਹ ਮਤਲਬ ਜਿਵੇਂ ਬੱਚਿਆਂ 'ਚ ਤੁਸੀਂ ਦੇਖਿਆ ਹੀ ਹੋ ਨਾ ਮਾਲ ਨਿਊਟ੍ਰੀਸ਼ਨ ਹੋ ਜਾਂਦੇ ਆ ਬੱਚੇ ਤਾਂ ਦੈਟ ਇਜ਼ ਇੰਪੋਰਟੈਂਟ ਵੀਡੀਓ ਵੀਡੀਓ ਆਫ ਦਾ ਵਕੈਬ ਤਾਂ ਜ਼ਰੂਰ ਜੀ ਦਿਨ 'ਚ ਇਨ ਅ ਡੇ ਤੁਸੀਂ 2 ਜਾਂ 3 ਵਾਰੀ ਇਹਨੂੰ ਜ਼ਰੂਰ ਦੇਖੋ ਤਾਂ ਬਣੇ ਰਹੋ ਹੋਰ ਵੀ ਵੀਡੀਓ ਲੈ ਕੇ ਆਵਾਂਗੇ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ।